ਯੂਕੇ ਨੂੰ ਲੈ ਕੇ ਅਸੀਂ ਹਰ ਵਾਰੀ ਗੱਲ ਕਰਦੇ ਹਾਂ ਕਿ ਜਿਹੜੇ ਹੁਣ ਥੋੜ੍ਹੇ ਰੂਲਸ ਚੇਂਜ ਹੋ ਗਏ ਨੇ, ਜ਼ਿਆਦਾਤਰ ਸਟੂਡੈਂਟ ਜਿਹੜੇ ਸੋਚਦੇ ਸੀ ਕਿ ਅਸੀਂ ਯੂਕੇ ਇੱਕ ਵਾਰੀ ਸਟੱਡੀ ਵੀਜ਼ਾ 'ਤੇ ਚਲੇ ਜਾਈਏ, ਉਸ ਤੋਂ ਬਾਅਦ ਅਸੀਂ ਆਪਣੀ ਪ੍ਰੋਫਾਈਲ ਜਿਹੜੀ ਹੈ ਸਵਿਚ ਕਰ ਲਾਂਗੇ ਟਾਇਰ 2 ਦੇ ਵਿੱਚ। ਹੁਣ ਉਹ ਚੇਂਜ ਕਰਨ ਵਾਲੀ ਜਿਹੜੀ ਸਥਿਤੀ ਹੈ ਉਹ ਖਤਮ ਹੋ ਚੁੱਕੀ ਹੈ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਯੂਕੇ ਦੇ ਰੂਲਸ ਚੇਂਜ ਨੇ ਜਨਵਰੀ 2024 ਤੋਂ ਸਟੂਡੈਂਟ ਆਪਣੀ ਪ੍ਰੋਫਾਈਲ ਸਵਿਚ ਨਹੀਂ ਕਰ ਸਕਣਗੇ। ਪਰ ਅਗਰ ਆਪਾਂ ਸਟੂਡੈਂਟ ਪੁਆਇੰਟ ਆਫ ਵਿਊ ਤੋਂ ਸੋਚੀਏ, ਸਟੂਡੈਂਟਸ ਦਾ ਮੇਨ ਫੋਕਸ ਇਹੀ ਹੁੰਦਾ ਕਿ ਅਸੀਂ ਯੂਕੇ ਜਾਈਏ, ਪੜ੍ਹਾਈ ਕਰੀਏ, ਪਰ ਨਾਲ ਅਸੀਂ ਕੰਮ ਕਰਨਾ ਚਾਹੁੰਦੇ ਹਾਂ। ਪਰ ਅੱਜ ਅਸੀਂ ਇਸ ਵੀਡੀਓ ਦੇ ਜ਼ਰੀਏ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਸਮਝਾ ਸਕੀਏ ਕਿ ਕਿਵੇਂ ਇੱਕ ਜਗ੍ਹਾ ਦੀ ਸਿਲੈਕਸ਼ਨ ਵੀ ਤੁਹਾਨੂੰ ਸਟੱਡੀ ਵੀਜ਼ਾ ਦੇ ਨਾਲ ਕੰਮ ਕਰਨ ਦੇ ਚੰਗੇ ਮੌਕੇ ਦੇ ਸਕਦੀ ਹੈ, ਇਨਰ ਲੰਡਨ ਜਾਂ ਆਊਟਰ ਲੰਡਨ। ਇਸ ਨੂੰ ਲੈ ਕੇ ਸਵਾਲ ਕਈ ਸਾਰੇ ਹੁੰਦੇ ਨੇ, ਕਿੱਥੇ ਜ਼ਿਆਦਾ ਓਪਰਚੁਨਿਟੀਜ਼ ਨੇ, ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਨੇ, ਜਿਹੜੀ ਵੀਕ ਪ੍ਰੋਫਾਈਲ ਹੈ ਉਹ ਕਿਵੇਂ ਚੂਜ਼ ਕਰੇ ਕਿ ਅਸੀਂ ਕਿਹੜੀ ਥਾਂ ਜਾਈਏ ਤਾਂ ਕਿ ਵੀਜ਼ਾ ਚਾਂਸਿਸ ਸਾਡੇ ਵਧੀਆ ਹੋ ਜਾਣ। ਸੋ ਇਹ ਸਾਰੀਆਂ ਗੱਲਾਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ ਅਤੇ ਅੱਜ ਯੂਕੇ ਨੂੰ ਲੈ ਕੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਕ੍ਰੀਏਟਿਵ ਫਿਊਚਰ ਕੰਸਲੈਂਸਾਂ ਤੋਂ ਵੀਜ਼ਾ ਐਕਸਪਰਟ ਗੁਰਪ੍ਰੀਤ ਕੌਰ ਜੀ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਸੋ ਗੁਰਪ੍ਰੀਤ ਜੀ, ਜਦ ਵੀ ਗੱਲ ਯੂਕੇ ਦੀ ਹੁੰਦੀ ਹੈ, ਇਨਰ ਲੰਡਨ ਅਤੇ ਆਊਟਰ ਲੰਡਨ ਨੂੰ ਲੈ ਕੇ ਸਟੂਡੈਂਟਸ ਦਾ ਸਵਾਲ ਰਹਿੰਦਾ ਹੈ ਅਤੇ ਹੋਣਾ ਵੀ ਚਾਹੀਦਾ, ਹਾਲਾਂਕਿ ਕਾਫੀ ਫਰਕ ਆਪਾਂ ਮੰਨ ਸਕਦੇ ਹਾਂ ਕਿ ਜੋ ਸਟੂਡੈਂਟ ਇਨਰ ਲੰਡਨ ਜਾ ਰਿਹਾ ਜਾਂ ਆਊਟਰ ਲੰਡਨ ਜਾ ਰਿਹਾ, ਤਾਂ ਕਿਹੜੀ ਸਥਿਤੀ ਵਿੱਚ ਕਿਹੜੀ ਜਗ੍ਹਾ ਦੀ ਚੋਣ ਕਰਨੀ ਚਾਹੀਦੀ ਹੈ? ਆਪਾਂ ਸਪੈਸ਼ਲੀ ਨਾਲ ਕੰਮ ਦੇ ਉੱਪਰ ਫੋਕਸ ਕਰਕੇ ਵੀ ਗੱਲ ਜ਼ਰੂਰ ਕਰਨੀ ਹੈ, ਸਟੂਡੈਂਟ ਪੜ੍ਹਾਈ ਦੇ ਨਾਲ ਨਾਲ ਕੰਮ ਦੇ ਵੀ ਚੰਗੇ ਮੌਕੇ ਲੱਭਣਾ ਚਾਹੁੰਦੇ ਨੇ। ਦੇਖੋ ਹਰਜੋਤ ਜੀ, ਜੋਬ ਅਪਰਚੁਨਿਟੀਜ਼ ਜ਼ਿਆਦਾ ਇਨਰ ਲੰਡਨ ਦੇ ਵਿੱਚ ਆ ਬੱਚੇ ਦੀਆਂ, ਅਤੇ ਲਿਵਿੰਗ ਐਕਸਪੈਂਸ ਥੋੜ੍ਹਾ ਜਿਹਾ ਠੀਕ ਹੈ, ਕੋਸਟਲੀ ਹੋਊਗਾ ਇਨਰ ਲੰਡਨ ਦੇ ਵਿੱਚ, ਪਰ ਜੋਬ ਅਪਰਚੁਨਿਟੀਜ਼ ਕਾਫੀ ਜ਼ਿਆਦਾ ਨੇ ਬੱਚੇ ਦੀਆਂ। ਜਿਹੜੇ ਬੱਚੇ ਆਪਣੇ ਇੱਥੋਂ ਕੋਈ ਸਕਿੱਲ ਸਿੱਖ ਕੇ ਜਾ ਰਹੇ ਨੇ, ਉਹ ਕੰਮ ਕਰਨਾ ਚਾਹੁੰਦੇ ਨੇ ਉੱਥੇ ਜਾ ਕੇ ਕਿ ਮੈਂ ਇੱਕ ਕੋਰਸ ਲਿਆ ਅਤੇ ਮੇਰਾ ਵੀਜ਼ਾ ਤਾਂ ਆ ਹੀ ਜਾਣਾ, ਪ੍ਰੋਫਾਈਲ ਬਹੁਤ ਅੱਛਾ ਹੈ, ਅਤੇ ਇਨਰ ਲੰਡਨ ਟਰਾਈ ਕਰਨਾ ਚਾਹੀਦਾ ਬੱਚੇ ਨੂੰ। ਇਨਰ ਲੰਡਨ ਦੇ ਵਿੱਚ ਕਾਫੀ ਬੱਚੇ ਨੂੰ ਕੰਮ ਅਤੇ ਜੋਬ ਨੂੰ ਲੈ ਕੇ ਜਿਹੜਾ ਈਜ਼ੀ ਰਹਿੰਦਾ। ਅਤੇ ਜੇ ਆਪਾਂ ਗੱਲ ਕਰੀਏ ਆਊਟਰ ਲੰਡਨ ਦੀ, ਆਊਟਰ ਲੰਡਨ ਦੇ ਵਿੱਚ ਅਸੀਂ ਉਹ ਬੱਚਿਆਂ ਨੂੰ ਪ੍ਰੈਫਰ ਕਰਦੇ ਹਾਂ ਕਿ ਜਿਨ੍ਹਾਂ ਦੇ ਸਾਨੂੰ ਲੱਗਦਾ ਕਿ ਪ੍ਰੋਫਾਈਲ ਥੋੜ੍ਹਾ ਜਿਹਾ ਐਵੇਂ ਦਾ ਹੈ, ਡੈਸੀ ਹੈ, ਅਤੇ ਵੀਜ਼ਾ ਨਿਕਲ ਜੇ ਅਤੇ ਉਸ ਹਿਸਾਬ ਨਾਲ ਅਸੀਂ ਪ੍ਰੋਵਿੰਸ ਡਿਸਾਈਡ ਕਰਦੇ ਹਾਂ ਬੱਚੇ ਦੀ ਪ੍ਰੋਫਾਈਲ ਦੇ ਅਕੋਰਡਿੰਗਲੀ। ਆਊਟਰ ਲੰਡਨ 'ਚ ਠੀਕ ਹੈ, ਜੋਬ ਅਪਰਚੁਨਿਟੀਜ਼ ਘੱਟ ਨੇ, ਪਰ ਜੋਬ ਜਿਹੜੀ ਹੈ ਬੱਚੇ ਦੀ ਉਹ ਕੱਲ੍ਹ ਦੇ ਦਿਨ ਕਿਤੇ ਨਾ ਕਿਤੇ ਕੋਈ ਸਕਿੱਲ ਸਿੱਖਿਆ ਹੋਵੇ ਤਾਂ ਮਿਲ ਵੀ ਜਾਂਦੀ ਆ, ਬਟ ਕੱਲ੍ਹ ਸਭ ਤੋਂ ਵੱਡਾ ਜਿਹੜਾ ਬੱਚੇ ਦਾ ਇੱਥੇ ਸਵਾਲ ਹੁੰਦਾ ਕਿ ਮੈਮ ਇੱਕ ਵਾਰ ਵੀਜ਼ਾ ਆ ਜੇ ਆਪਾਂ ਇੱਥੋਂ ਚਲੇ ਜਾਈਏ, ਉੱਥੋਂ ਤਾਂ ਮੈਨੇਜ ਕਰ ਲਾਂਗੇ। ਪਰ ਟੂ ਟਾਇਰ ਦੇ ਵਿੱਚ ਹੁਣ ਕੀ ਆ ਕਿ ਬੱਚੇ ਉੱਥੇ ਜਿਹੜੇ 2024 ਦੇ ਰੂਲ ਐਂਡ ਰੈਗੂਲੇਸ਼ਨਸ ਨੇ, ਵੀਜ਼ਾ ਜਿਹੜਾ ਉਹ ਕਨਵਰਟ ਨਹੀਂ ਕਰਾ ਸਕਦੇ, ਉਸ ਹਿਸਾਬ ਨਾਲ ਆਪਣੀਆਂ ਤਿਆਰੀਆਂ ਕਰਕੇ ਚੱਲਣ। ਅਕਤੂਬਰ ਨਵੰਬਰ ਉਹਨਾਂ ਕੋਲ ਜਿਹੜੀ ਹੈ ਲਾਸਟ ਆਪਸ਼ਨ ਹੈ, ਇਹਦੇ ਵਿੱਚ ਆਪਣੀ ਐਡਮਿਸ਼ਨ ਪਾ ਲੈਣ। ਖਾਸ ਕਰਕੇ ਸਪਾਊਸ ਵਾਲਿਆਂ ਨੂੰ ਵੀ ਇਹੀ ਸੁਜੈਸ਼ਨ ਹੈ ਕਿ ਆਪਣਾ ਅਪਲਾਈ ਕਰ ਲਓ, ਇਹ ਲਾਸਟ ਹੈ ਜਨਵਰੀ 2024 ਦੇ ਵਿੱਚ, ਮੇ ਬੀ ਸਪਾਊਸ ਨਹੀਂ ਲਿਆ ਜਾਊਗਾ। ਅਤੇ ਜੇ ਮੈਂ ਗੱਲ ਕਰਾਂ ਫੰਡ ਨੂੰ ਲੈ ਕੇ, ਯੂਕੇ ਇਸ ਟਾਈਮ ਕਾਫੀ ਸੀਰੀਅਸ ਹੈ, ਫੰਡਿੰਗ ਆਪਣੀ ਧਿਆਨ ਨਾ ਦਿਓ, ਕਿਸੇ ਵੀ ਤਰ੍ਹਾਂ ਦੀ ਮੈਨੂਪੁਲੇਸ਼ਨ ਨਹੀਂ ਚੱਲਣੀ, ਪ੍ਰੋਪਰ ਤਰੀਕੇ ਨਾਲ ਤੁਹਾਡੀ ਫੰਡਿੰਗ ਔਨਲਾਈਨ ਹੋਣੀ ਚਾਹੀਦੀ ਹੈ, ਬੈਂਕਿੰਗ ਤੁਹਾਡੀ ਜਿਹੜੀ ਹੈ ਉਹ 28 ਦਿਨ ਪੁਰਾਣੀ ਹੋਣੀ ਚਾਹੀਦੀ ਹੈ। ਕੁਛ ਬੱਚਿਆਂ ਦੀਆਂ ਕੈਸ਼ ਲੈਟਰ ਇਸੇ ਰੀਜ਼ਨ ਕਰਕੇ ਜਿਹੜੀ ਫੰਡ ਵੈਰੀਫਿਕੇਸ਼ਨ ਨਹੀਂ ਹੋ ਪਾ ਰਹੀਆਂ, ਉਹਦੇ ਕਰਕੇ ਰੁਕੀਆਂ ਵੀ ਹੋਈਆਂ ਨੇ। ਬਹੁਤ ਸਾਰੇ ਬੱਚਿਆਂ ਦੇ ਸਵਾਲ ਵੀ ਆਉਂਦੇ ਆ ਸਾਡੇ ਕੋਲ ਕੈਸ਼ ਲੈਟਰ ਨੂੰ ਲੈ ਕੇ ਕਿ ਮੈਮ ਕਿੰਨਾ ਟਾਈਮ ਲੱਗਦਾ, ਅਸੀਂ 40 ਡੇਜ਼ ਲੈ ਕੇ ਚੱਲਦੇ ਹਾਂ ਕਿ 40 ਡੇਜ਼ ਦੇ ਵਿੱਚ ਅਸੀਂ ਜਿਹੜੀ ਕੈਸ਼ ਲੈ ਲਾਂਗੇ, ਬਟ ਕਈ ਵਾਰ ਵੈਰੀਫਿਕੇਸ਼ਨ ਤੁਹਾਡੇ ਐਂਡ ਤੋਂ ਰੁਕ ਜਾਂਦੀ ਆ, ਨਹੀਂ ਹੋ ਪਾਉਂਦੀ। ਕਈ ਵਾਰ ਬੱਚੇ ਦਾ ਜਿਹੜਾ ਫੋਨ ਨੰਬਰ ਦਿੱਤਾ ਹੁੰਦਾ ਹੈ ਉਹਦੇ ਵਿੱਚ ਕਈ ਵਾਰ ਕੋਈ ਯੂਨੀਵਰਸਿਟੀ, ਕਾਲਜ ਕੋਈ ਕੁਐਸਚਨ ਪੁੱਟ ਅਪ ਕਰਨਾ ਚਾਹੁੰਦੀ ਹੈ ਸਟੂਡੈਂਟ ਵੱਲੋਂ, ਫੋਨ ਵੀ ਬੱਚਾ ਨਹੀਂ ਲੈ ਰਿਹਾ ਹੁੰਦਾ, ਕਈ ਵਾਰ ਉਹਨੂੰ ਲੱਗਦਾ ਕਿ ਮੈਂ ਫੋਨ ਨਹੀਂ ਚੱਕੂੰਗਾ ਤਾਂ ਵੀ ਮੇਰੀ ਕੈਸ਼ ਆਜੂਗੀ, ਪਰ ਜੋ ਇਨਕੁਆਇਰੀ ਯੂਨੀਵਰਸਿਟੀ ਕਾਲਜ ਦੀ ਹੈ ਉਹਨਾਂ ਨੇ ਕੰਪਲੀਟ ਕਰਦੇ ਹੋਏ ਹੀ ਤੁਹਾਨੂੰ ਅੱਗੇ ਕੈਸ਼ ਜਿਹੜੀ ਹੈ ਉਹ ਡਿਲੀਵਰ ਕਰਨੀ ਹੈ, ਔਰ ਵੀਜ਼ਾ ਵੀ ਤਾਂ ਹੀ ਗ੍ਰਾਂਟ ਹੋਣਾ ਹੈ ਜੇ ਤੁਹਾਡਾ ਡਾਕੂਮੈਂਟਸ ਪੇਪਰ ਵਰਕ ਕੰਪਲੀਟ ਹੋਊਗਾ। ਅਤੇ ਸਕਿੱਲਸ ਜਿੰਨੇ ਵੀ ਬੱਚੇ ਜਾ ਰਹੇ ਨੇ ਬਾਹਰ, ਕੋਈ ਨਾ ਕੋਈ ਤੁਹਾਡੇ ਕੋਲ ਸਕਿੱਲ ਜ਼ਰੂਰ ਹੋਣਾ ਚਾਹੀਦਾ ਹੈ। ਕੈਨੇਡਾ ਦੇ ਵਿੱਚ ਵੀ ਬਹੁਤ ਰੌਲਾ, ਯੂਕੇ ਦੇ ਵਿੱਚ ਵੀ ਬਹੁਤ ਰੌਲਾ ਕਿ ਕੰਮ ਨਹੀਂ ਮਿਲਦਾ, ਕੰਮ ਨਹੀਂ ਮਿਲਦਾ, ਉੱਥੇ ਬਹੁਤ ਜ਼ਿਆਦਾ ਮਤਲਬ ਜਿਹੜੀ ਹੈ ਕਿ ਇੱਕ ਉੱਥੇ ਰਿਊਮਰ ਫੈਲ ਗਏ ਨੇ ਕਿ ਇੱਥੇ ਵੀ ਆ ਗਿਆ ਕਿ ਇੱਥੇ ਕਿਸੇ ਵੀ ਬੱਚੇ ਨੂੰ ਕੰਮ ਨਹੀਂ ਮਿਲ ਰਿਹਾ, ਸਟੂਡੈਂਟ ਵਾਪਿਸ ਆ ਰਹੇ ਨੇ। ਇਹੋ ਜਿਹਾ ਕੁਛ ਨਹੀਂ ਆ, ਜਿਹੜੇ ਬੱਚੇ ਸਕਿੱਲਡ ਨੇ, ਇੱਥੋਂ ਸਕਿੱਲ ਸਿੱਖ ਗਏ ਨੇ, ਉਹਨਾਂ ਨੂੰ ਕੰਮ ਮਿਲ ਰਿਹਾ, ਉਹ ਆਪਣੀਆਂ ਜੋਬ 'ਤੇ ਜਾ ਰਹੇ ਨੇ। ਔਰ ਜਿਹੜੀ ਲੇਬਰ ਨੂੰ ਲੈ ਕੇ ਜਿਹੜਾ ਆਪਾਂ ਕੰਮ ਕਹਿੰਦੇ ਹਾਂ, ਉਹਦੇ 'ਚ ਕਿਤੇ ਨਾ ਕਿਤੇ ਦਿੱਕਤ ਆਉਣੀ ਹੀ ਹੈਗੀ ਆ। ਜਦੋਂ ਇੱਕ ਜਗ੍ਹਾ 'ਤੇ ਅਸੀਂ ਬਹੁਤ ਸਾਰੇ ਲੋਕ ਪਹੁੰਚ ਜਾਂਦੇ, ਉੱਥੇ ਕਿਤੇ ਨਾ ਕਿਤੇ ਜੋਬ ਅਪਰਚੁਨਿਟੀਜ਼ ਘੱਟ ਜਾਂਦੀਆਂ ਨੇ,
ਅਤੇ ਜਿਹੜੇ ਜੋਬ ਨੂੰ ਲੈ ਕੇ ਕ੍ਰੈਸਿਸ ਜਿਹੜਾ ਬੱਚਾ ਫੇਸ ਕਰਦਾ ਉਹ ਹਰ ਕੰਟਰੀ 'ਚ ਕਰ ਰਿਹਾ ਹੈ। ਈਵਨ ਕਿ ਇੰਡੀਆ ਦੇ ਵਿੱਚ ਵੀ ਇਹ ਚੀਜ਼ਾਂ ਹੁੰਦੀਆਂ ਨੇ, ਸਾਡੇ ਇੰਡੀਆ ਦੇ ਵਿੱਚ ਵੀ ਜੋਬ ਓਪਰਚੁਨਿਟੀਜ਼ ਬਹੁਤ ਨੇ, ਪਰ ਕਿਹਦੇ ਲਈ ਨੇ? ਸਕਿੱਲਡ ਦੇ ਲਈ। ਇਸ ਕਰਕੇ ਸਕਿੱਲਸ ਸਿੱਖ ਕੇ ਜਾਇਆ ਕਰੋ ਤਾਂ ਕਿ ਤੁਹਾਨੂੰ ਉੱਥੇ ਜਾ ਕੇ ਪਰੇਸ਼ਾਨੀ ਨਾ ਆਵੇ। ਇੱਕ ਜਿਹੜਾ ਰੈਲੇਟਿਵ ਔਰ ਦੋਸਤਾਂ ਦੇ ਪਿੱਛੇ ਲੱਗ ਕੇ ਜਾਣਾ ਉਹ ਬਹੁਤ ਵਧੀਆ ਡਿਸੀਜ਼ਨ ਨਹੀਂ ਹੈ। ਆਪਣੀ ਸਰਚ ਖੁਦ ਕਰਿਆ ਕਰੋ, ਆਪਣੀ ਜਿਹੜੀ ਸਰਚ ਹੋਊਗੀ ਤੁਹਾਡੀ ਉਹ ਤੁਹਾਨੂੰ ਤੁਹਾਡੀ ਨੌਲੇਜ ਨੂੰ ਗੇਨ ਕਰੂਗੀ, ਤੁਹਾਨੂੰ ਸਹੀ ਜਗ੍ਹਾ ਚੂਜ਼ ਕਰਨ ਦੇ ਲਈ, ਸਹੀ ਜੋਬ ਚੂਜ਼ ਕਰਨ ਦੇ ਲਈ। ਕਿਉਂਕਿ ਜਦੋਂ ਤੁਸੀਂ ਕਿਸੇ ਵੀ ਕੰਟਰੀ 'ਚ ਪਹੁੰਚ ਜਾਂਦੇ ਹੋ ਤੁਹਾਡੀ ਖੁਦ ਤੁਸੀਂ ਖੁਦ ਦੀ ਖੁਦ ਰਿਸਪੋਂਸੀਬਿਲਟੀ ਹੋ, ਕੋਈ ਰਿਸ਼ਤੇਦਾਰ ਜਾਂ ਕਿਸੇ ਫਰੈਂਡ ਸਰਕਲ ਦੀ ਰਿਸਪੋਂਸੀਬਿਲਟੀ ਨਹੀਂ ਹੋ ਤੁਸੀਂ। ਇਸ ਕਰਕੇ ਆਪਣੇ ਡਿਸੀਜ਼ਨ ਮੇਕਰ ਖੁਦ ਬਣੋ, ਕਿਸੇ ਦੇ ਉੱਤੇ ਬੈਠ ਕੇ ਉਹਦੇ ਵਿਊ ਨੂੰ ਲੈਣ ਤੋਂ ਬਾਅਦ ਡਿਸੀਜ਼ਨ ਨਾ ਲਿਆ ਕਰੋ। ਕਿਉਂਕਿ ਅੱਜ ਇਹ ਟਾਈਮ ਹੈ ਕਿ ਸਭ ਕੁਝ ਔਨਲਾਈਨ ਪਿਆ ਹੈ, ਤੁਸੀਂ ਹਰ ਚੀਜ਼ ਜਿਹੜੀ ਹੈ ਇੱਥੋਂ ਦੇਖ ਸਕਦੇ ਹੋ, ਸਮਝ ਸਕਦੇ। ਜੀ 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 ਬਿਲਕੁਲ। ਸੋ ਜ਼ਰੂਰ ਤੁਸੀਂ ਸਾਰੀ ਚੀਜ਼ਾਂ ਨੂੰ ਸਮਝਦੇ ਹੋਏ ਹੀ ਅੱਗੇ ਵਧੋ ਤਾਂ ਕਿ ਤੁਸੀਂ ਆਪਣਾ ਫਿਊਚਰ ਜੋ ਹੈ ਬ੍ਰਾਈਟ ਕਰ ਸਕੋ। ਕਿਉਂਕਿ ਹਰ ਕੋਈ ਜਾਣਦਾ ਪੜ੍ਹਾਈ ਦੇ ਨਾਲ ਨਾਲ ਕੰਮ ਦੇ ਮੌਕੇ ਵੀ ਤੁਹਾਨੂੰ ਮਿਲਣ, ਅੱਗੋਂ PR ਦੇ ਲਈ ਵੀ ਸਟੂਡੈਂਟਸ ਬੜੀ ਜੱਦੋਜਹਿਦ ਕਰਦੇ ਨੇ। ਸੋ ਸਟਾਰਟਿੰਗ ਤੋਂ ਹੀ ਸਹੀ ਨੌਲੇਜ ਦੇ ਨਾਲ ਜੇਕਰ ਤੁਸੀਂ ਅੱਗੇ ਵਧੋਗੇ, ਸਹੀ ਪ੍ਰੋਸੈਸ ਦੇ ਨਾਲ ਅੱਗੇ ਵਧੋਗੇ ਤਾਂ ਸਾਰੀਆਂ ਚੀਜ਼ਾਂ ਟਾਈਮਲੀ ਜੋ ਹੈ ਸਹੀ ਹੁੰਦੇ ਹੁੰਦੇ ਤੁਸੀਂ ਆਪਣੇ ਭਵਿੱਖ ਨੂੰ ਵਧੀਆ ਬਣਾ ਸਕਦੇ ਹੋ। ਕੋਈ ਡਾਊਟ ਹੈ, ਕੋਈ ਸਵਾਲ ਹੈ ਤਾਂ ਨੰਬਰ ਵੀ ਡਿਸਪਲੇ ਇਸ ਉੱਪਰ ਤੁਸੀਂ ਕਾਲ ਕਰਕੇ ਜ਼ਰੂਰ ਟਾਈਮਲੀ ਆਪਣਾ ਸਵਾਲ ਦਾ ਜਵਾਬ ਲੈ ਸਕਦੇ ਹੋ। ਅੱਗੋਂ ਅਪਲਾਈ ਕਰਨ ਬਾਰੇ ਸੋਚ ਰਹੇ ਹੋ ਤਾਂ ਆਪਣੇ ਡਾਕੂਮੈਂਟਸ ਦੀ ਅਸੈਸਮੈਂਟ ਦੇ ਲਈ ਤੁਸੀਂ ਜ਼ਰੂਰ ਕ੍ਰੀਏਟਿਵ ਫਿਊਚਰ ਕੰਸਲੈਂਸਾਂ ਦੇ ਆਫਿਸ ਆਓ, ਡਾਕੂਮੈਂਟਸ ਦੀ ਅਸੈਸਮੈਂਟ ਕਰਵਾਓ, ਮਾਹਿਰ ਸਲਾਹ ਲਵੋ ਅਤੇ ਉਸ ਤੋਂ ਬਾਅਦ ਡਿਸੀਜ਼ਨ ਲਓ ਕਿ ਕਿਹੜੇ ਰਾਹ ਤੁਸੀਂ ਅੱਗੇ ਤੁਰਦੇ ਹੋਏ ਚੰਗੀਆਂ ਆਪਸ਼ਨਸ ਦੇ ਨਾਲ ਆਪਣੇ ਫਿਊਚਰ ਨੂੰ ਬ੍ਰਾਈਟ ਕਰਨਾ ਹੈ। ਗੁਰਪ੍ਰੀਤ ਜੀ, ਤੁਹਾਡਾ ਬਹੁਤ ਬਹੁਤ ਥੈਂਕਸ, ਤੁਸੀਂ ਹਰ ਵਾਰੀ ਇਹਨਾਂ ਵੀਡੀਓਜ਼ ਦੇ ਜ਼ਰੀਏ ਸਟੂਡੈਂਟਸ ਨੂੰ ਬਹੁਤ ਚੰਗੇ ਢੰਗ ਨਾਲ ਗਾਈਡ ਕਰਦੇ ਹੋ ਅਤੇ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਕੋਈ ਤੁਹਾਡਾ ਆਪਣਾ ਸਵਾਲ ਹੈ ਕਮੈਂਟਸ ਜ਼ਰੀਏ ਵੀ ਤੁਸੀਂ ਸਾਡੇ ਨਾਲ ਜ਼ਰੂਰ ਸ਼ੇਅਰ ਕਰ ਸਕਦੇ ਹੋ। ਫਿਲਹਾਲ ਲਈ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ ਜੀ।